ਲੁਧਿਆਣਾ ਸ਼ਹਿਰ ਦੇ ਵਿੱਚ ਤੇਜ਼ੀ ਦੇ ਨਾਲ ਚੱਲ ਰਹੇ ਸਟੇ ਨੂੰ ਲੈ ਕੇ ਅੱਜ ਲੁਧਿਆਣਾ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਵਿੱਚ ਇੱਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਐਡਵੋਕੇਟ ਅਮਿਤ ਰਾਏ ਨੇ ਦੱਸਿਆ ਕਿ ਸਾਡੇ ਬਹੁਤ ਹੀ ਅਜ਼ੀਜ਼ ਦੋਸਤ ਵਿੰਦਰ ਸਿੰਘ, ਜੋ ਕਿ ਸਮੇਂ ਸਿਰ ਸ਼ਹਿਰ ਦੇ ਵਿੱਚ ਦੜਾ ਸੱਟਾ ਅਤੇ ਗਲਤ ਕੰਮਾਂ ਬਾਰੇ ਆਵਾਜ਼ ਚੁੱਕਦੇ ਰਹਿੰਦੇ ਨੇ, ਜਿਸ ਨੂੰ ਕਈ ਵਾਰ ਕਈ ਧਮਕੀਆਂ ਵੀ ਮਿਲਦੀਆਂ ਨੇ, ਪਰ ਫਿਰ ਵੀ ਉਹ ਸ਼ਹਿਰ ਦੇ ਵਿੱਚ ਮਾੜੇ ਕੰਮਾਂ ਨੂੰ ਖਤਮ ਕਰਵਾਉਣ ਦੇ ਲਈ ਆਪਣਾ ਹੌਸਲਾ ਬੁਲੰਦ ਰੱਖਦੇ ਨੇ। ਉਦੇ ਸਤਿੰਦਰ ਸਿੰਘ ਨੇ ਦੱਸਿਆ ਕੁਝ ਦਿਨ ਪਹਿਲਾਂ ਉਹਨਾਂ ਦੇ ਘਰ ਦੇ ਵਿੱਚ 3 ਤੋਂ 4 ਨੌਜਵਾਨ ਆਏ ਜੋ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੇ ਸਨ, ਪਰ ਜਦੋਂ ਉਹਨਾਂ ਦੀ ਗੱਲ ਆਪਣੇ ਵਕੀਲ ਸਾਹਿਬ ਨਾਲ ਕਰਵਾਈ ਤਾਂ ਉੱਥੋਂ ਦੀ ਭੱਜ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਥਾਣੇ ਕੰਪਲੇਂਟ ਦਰਜ ਕਰਵਾਈ ਹੈ। ਉਹਨਾਂ ਲੁਧਿਆਣਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ 'ਤੇ ਜੋ ਜਾਨ ਮਾਲ ਦਾ ਖਤਰਾ ਮੰਡਰਾ ਰਿਹਾ ਹੈ ਉਸਦੀ ਰਾਖੀ ਕੀਤੀ ਜਾਵੇ ਅਤੇ ਅਜਿਹੇ ਗੁੰਡਾ ਅਨਸਰਾਂ 'ਤੇ ਦੜਾ ਸੱਟਾ ਚਲਾਉਣ ਵਾਲਿਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਸਤਵਿੰਦਰ ਸਿੰਘ, ਰਣਜੋਤ ਪਾਰਕ ਹੈਬੋਵਾਲ ਜੀ, ਵੱਡੀ ਹੈਬੋਵਾਲ ਦਾ ਰਹਿਣ ਵਾਲਾ ਹਾਂ ਅਤੇ ਮੈਂ ਕਿੰਨੀ ਵਾਰੀ ਕਿ ਜੇ ਸਾਡੇ ਘਰ 3-4 ਬੰਦੇ ਆਏ ਸੀ, ਜਿਨ੍ਹਾਂ ਨੇ ਘਰ ਆ ਕਰਕੇ ਸਾਨੂੰ ਕਿਹਾ ਜੀ ਅਸੀਂ ਪੁਲਿਸ ਮੁਲਾਜ਼ਮ ਹਾਂ, ਤੁਹਾਨੂੰ ਥਾਣੇ ਲੈ ਕੇ ਜਾਣਾ ਹੈ। ਅਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਜੀ ਕੋਈ ਪਰਵਾਨਾ ਹੈਗਾ, ਕੋਈ ਹੈਗਾ ਤਾਂ ਸਾਡੇ ਖਿਲਾਫ਼ ਕਿਹੜਾ ਪਰਚਾ ਦਰਜ ਹੋਇਆ ਜਿਹੜਾ ਤੁਸੀਂ ਸਾਨੂੰ ਥਾਣੇ ਲੈ ਕੇ ਜਾਣਾ ਚਾਹੁੰਦੇ ਹੋ। ਲੇਕਿਨ ਉਹਨਾਂ ਨੇ ਸਾਨੂੰ ਕੋਈ ਜਵਾਬ ਦੇਣ ਦੀ ਵਜ੍ਹਾ ਕਹਿੰਦੇ ਤੁਸੀਂ ਚੱਲਦੇ ਹੋ ਜਾਂ ਨਹੀਂ ਚੱਲਦੇ ਹੋ। ਅਤੇ ਮੈਂ ਉਹਨਾਂ ਨੂੰ, ਵਕੀਲ ਸਾਹਿਬ ਨੂੰ ਅਮਿਤ ਰਾਏ ਜੀ ਸਾਡੇ ਵਕੀਲ ਨੇ, ਉਹਨਾਂ ਨੂੰ ਮੈਂ ਫੋਨ ਲਾਇਆ, ਮੈਂ ਕਿਹਾ ਜਨਾਬ ਖੇਚੀਆ ਦੇ ਨੇ ਕੁਝ ਮੁਲਾਜ਼ਮ ਆਏ ਨੇ, ਉਹ ਕਹਿੰਦੇ ਆਪਣੇ ਆਪ ਨੂੰ ਕਹਿੰਦੇ ਨਹੀਂ ਜੀ ਮੈਂ ਥਾਣੇ ਦੇ ਮੁਲਾਜ਼ਮ ਹਾਂ, ਤੁਸੀਂ ਸਾਡੇ ਨਾਲ ਚੱਲੋ। ਅਤੇ ਉਹਨਾਂ ਨੇ ਸਾਡੇ ਉਹਨਾਂ ਕੋਲ ਪੁੱਛਿਆ ਕਿ ਤੁਸੀਂ ਮੁਲਾਜ਼ਮ ਆਏ ਹੋ, ਪਰਵਾਨਾ ਲੈ ਕੇ ਆਏ ਹੋ ਜਾਂ ਨਹੀਂ ਲੈ ਕੇ ਆਏ? ਅਤੇ ਕਹਿੰਦੇ ਜੀ ਨਹੀਂ ਜੀ, ਇਹਨਾਂ ਨੂੰ ਖਾਲੀ ਥਾਣੇ ਲੈ ਕੇ ਜਾਣਾ। ਮੈਂ ਫਿਰ ਉਹਨਾਂ ਨੂੰ ਕਿਹਾ ਕਿ ਚਲੋ ਜੀ ਮੈਂ ਤਿਆਰ ਹੋ ਕੇ ਤੁਹਾਡੇ ਨਾਲ ਪਟਕਾ ਬਣ ਕੇ ਚੱਲਦਾ ਹਾਂ। ਅਤੇ ਚੱਲਣ ਦੀ ਬਜਾਏ ਜਦੋਂ ਮੈਂ ਬਾਹਰ ਨਿਕਲਿਆ ਤਾਂ ਉਹ ਕਾਰ ਲੈ ਕੇ ਫਰਾਰ ਹੋ ਗਏ। ਫਰਜ਼ੀ ਪੁਲਿਸ ਵਾਲੇ ਸੀ ਜਿਹੜਾ ਤੁਹਾਡੇ ਘਰ ਕਿਉਂ ਆਏ ਹੋ? ਉਹ ਜੀ ਮੈਂ ਲਾਟਰੀ ਸੱਟੇਬਾਜ਼ਾਂ ਦੇ ਜਾਂ ਹੋਰ ਖਿਲਾਫ਼ ਲੋਕਾਂ 'ਤੇ ਕੰਪਲੇਨਾਂ ਦਿੱਤੀਆਂ ਨੇ, ਕੋਈ ਗਲਤ ਕੰਮ ਹੁੰਦਾ ਉਹਦੇ ਉੱਤੇ ਮੈਂ ਆਵਾਜ਼ ਚੱਕਦਾ ਹਾਂ, ਉਸ ਕਰਕੇ ਮੇਰੇ 'ਤੇ ਵਾਰ ਵਾਰ ਹਮਲੇ ਵੀ ਹੁੰਦੇ ਨੇ, ਸਭ ਕੁਝ ਹੁੰਦਾ ਹੈ, ਉਹਨਾਂ ਦੇ ਪਰਚੇ ਵੀ ਦਰਜ ਹੋਏ ਨੇ। ਉਹ ਕਿਸੇ ਟਾਈਮ ਚਾਹੁੰਦੇ ਨੇ ਕਿ ਇਹਨਾਂ ਨੂੰ ਮਰਵਾ ਦੇਈਏ, ਕੋਈ ਗੱਲ ਕਰੀਏ। ਅਤੇ ਹੁਣ ਸਾਡੇ ਕੇਸ ਉੱਤੇ ਅਮਿਤ ਰਾਏ ਜੀ ਵਕੀਲ ਹੈਗੇ ਜੀ, ਅਤੇ ਉਹਨਾਂ ਨੇ ਉਹਨਾਂ ਉੱਤੇ ਪਰਚੇ ਵੀ ਦਰਜ ਕਰਾ ਦਿੱਤੇ ਨੇ, ਜਿਨ੍ਹਾਂ ਦੀ ਉਹ ਜ਼ਮਾਨਤਾਂ ਅਜੇ ਪੈਂਡਿੰਗ ਪਈਆਂ ਨੇ, ਜ਼ਮਾਨਤਾਂ ਨਹੀਂ ਹੋ ਰਹੀਆਂ ਨੇ, ਉਹ ਹੋਰ ਨਹੀਂ ਦੇ ਰਹੇ ਨੇ। ਹਾਂ, ਲਾਟਰੀ ਸਟਾਲ ਉੱਤੇ ਕਿਡਨੇ ਪਰ ਵੀ ਸੀਗੇ, ਕਿਡਨੇ ਵੀ ਕਰਦੇ, ਖੋਹ ਵੀ ਕੀਤੀ ਉਹਨਾਂ ਨੇ। ਉਹਨਾਂ ਨੇ ਲੱਛੂ ਹੈਗਾ, ਅਤੇ ਲੱਛੂ ਉਰਫ ਨੀਟੂ, ਇੱਕ ਅਰੁਣ ਹੈਗਾ, ਇੱਕ ਬਾਬਾ ਹੈਗਾ, ਜਿਹਦੇ ਉੱਤੇ ਪਰਚੇ ਵੀ ਦਰਜ ਕੀਤੇ ਗਏ ਨੇ। ਅਤੇ ਉਹਨਾਂ ਨੂੰ ਗ੍ਰਿਫਤਾਰੀ ਵਾਸਤੇ ਗ੍ਰਿਫਤਾਰੀ ਕਰਨ ਦੀ ਬਜਾਏ ਉਹਨਾਂ ਨੂੰ ਟਾਈਮ ਦਿੱਤਾ ਗਿਆ, ਇਹਨਾਂ ਲੋਕਾਂ ਨੇ ਕਿ ਜੀ ਜ਼ਮਾਨਤਾਂ ਲਾਈਆਂ ਹੋਈਆਂ, ਲੇਕਿਨ ਇਹਨਾਂ ਦੀਆਂ ਜ਼ਮਾਨਤਾਂ ਅਜੇ ਹੋ ਨਹੀਂ ਰਹੀਆਂ ਨੇ, ਪੈਂਡਿੰਗ ਪਈਆਂ ਨੇ। ਉਹ ਵਾਰ ਵਾਰ ਸਾਡੇ 'ਤੇ ਹਮਲਾ ਕਰਾ ਰਹੇ ਨੇ। ਮੰਗ ਹੀ ਕਰਦੇ ਹੋ? ਅਸੀਂ ਤਾਂ ਪੁਲਿਸ ਕੋਲੋਂ, ਪ੍ਰਸ਼ਾਸਨ ਕੋਲ ਮੰਗ ਇਹੋ ਹੀ ਕਰਦੇ ਕਿ ਸਾਡੀ ਰੱਖਿਆ ਕੀਤੀ ਜਾਏ। ਅਸੀਂ ਪਰ ਜਿਹੜੇ ਗਲਤ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ਼ ਆਵਾਜ਼ ਉਠਾਉਂਦੇ ਹਾਂ, ਅਤੇ ਉਹ ਸਾਡੇ ਉੱਤੇ ਹਮਲੇ ਕਰਦੇ, ਲੇਕਿਨ ਪੁਲਿਸ ਕੋਈ ਕਾਰਵਾਈ ਨਹੀਂ ਕਰਦੇ। ਅਸੀਂ ਮੰਗ ਇਹੋ ਹੀ ਕਰਦੇ ਹਾਂ ਕਿ ਉਹਨਾਂ ਉੱਤੇ ਨੱਥ ਕੱਸੀ ਜਾਏ, ਅਤੇ ਜਿਹੜੇ ਜਾਲੀ ਪੁਲਿਸ ਵਾਲੇ ਬਣ ਕੇ ਘੁੰਮਦੇ ਪਏ ਨੇ ਉਹਨਾਂ ਨੂੰ ਅਰੈਸਟ ਕੀਤਾ ਜਾਏ। ਹਾਂਜੀ, ਮੈਂ ਅਮਿਤ ਰਾਏ ਐਡਵੋਕੇਟ, ਮੈਂ ਲੁਧਿਆਣਾ ਕਚਹਿਰੀ 'ਚ ਪਿਛਲੇ 16 ਸਾਲ ਤੋਂ ਪ੍ਰੈਕਟਿਸ ਕਰ ਰਿਹਾ ਵਾਂ। ਜਿਵੇਂ ਕਿ ਸਤਵਿੰਦਰ ਜੀ ਦੀ ਗੱਲ ਕਰ ਰਹੇ ਹਾਂ, ਸਤਵਿੰਦਰ ਜੀ ਬਹੁਤ ਹੀ ਪੀੜਿਤ ਨੇ ਇਸ ਵੇਲੇ ਲੁਧਿਆਣੇ ਸ਼ਹਿਰ ਦੇ ਵਿੱਚ, ਕਾਰਨ ਇਹ ਆ ਵੀ ਇਹਨਾਂ ਨੇ ਇਲੀਗਲ ਐਕਟੀਵਿਟੀਜ਼ ਜਿਹੜੇ ਕੁਛ ਕ੍ਰਿਮੀਨਲ ਟਾਈਪ ਦੇ ਬੰਦੇ ਕਰ ਰਹੇ ਨੇ, ਜਿਵੇਂ ਕਿ 2 ਨੰਬਰ ਦਾ ਦੜਾ ਸੱਟਾ, ਮੈਚ ਫਿਕਸਿੰਗ ਵਗੈਰਾ ਕਰਾਉਂਦੇ ਨੇ, ਉਹਨਾਂ ਦੇ ਖਿਲਾਫ਼ ਇਹਨਾਂ ਨੇ ਕਈ ਕੰਪਲੇਂਟਸ ਦਿੱਤੀਆਂ ਨੇ। ਕਾਰਨ ਇਹ ਰਿਹਾ ਵੀ ਇਹਨਾਂ ਦਾ ਬੇਟਾ ਜਦੋਂ ਨਾਬਾਲਗ ਸੀਗਾ ਉਦੋਂ ਤੋਂ ਹੀ ਕਿਤੇ ਉਹਨਾਂ ਦੇ ਧੱਕੇ ਚੜ ਗਿਆ, ਉਹਨੂੰ ਉਹਨਾਂ ਨੇ ਗਲਤ ਲੱਤ ਲਗਾਈ, ਉਹ ਘਰੋਂ ਪੈਸੇ ਚੱਕ ਲੈ ਜਾਂਦਾ ਸੀਗਾ ਅਤੇ ਲਾਟਰੀਆਂ ਲੂਟਰੀਆਂ ਖੇਡਦਾ ਰਹਿੰਦਾ ਸੀ। ਇਸੇ ਤਰ੍ਹਾਂ ਪਿੱਛੇ ਜੇ ਉਹ ਇੱਕ ਦਿਨ ਘਰ ਤੋਂ 1,26,000 ਰੁਪਇਆ ਚੱਕ ਕੇ ਲੈ ਗਿਆ, ਮੋਟਰਸਾਈਕਲ 'ਤੇ ਗਿਆ ਸੀ, ਉੱਥੇ ਜਦੋਂ ਸਤਵਿੰਦਰ ਜੀ ਉਹਨਾਂ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਇਹਨਾਂ ਦਾ ਵੱਡਾ ਬੇਟਾ ਉਹਨੂੰ ਮਨਾ ਕਰਨ ਗਿਆ, ਜਦੋਂ ਉਹਨੂੰ ਮਨਾ ਕਰਨ ਗਿਆ ਤਾਂ ਲਾਟਰੀ ਸਟਾਲ ਵਾਲਿਆਂ ਨੇ
ਉਸ ਮੁੰਡੇ ਨੂੰ ਕੁੱਟਿਆ ਵੀ ਅਤੇ ਉਹਦੇ ਭਰਾ ਨੂੰ ਵੀ ਕੁੱਟਿਆ, ਉਹਦਾ 1,26,000 ਰੁਪਈਆ ਵੀ ਖੋਲਿਆ, ਪਲੱਸ ਉਹਦਾ ਮੋਟਰਸਾਈਕਲ ਵੀ ਖੋਲਿਆ। ਉਸ ਬੇਸ 'ਤੇ ਅਸੀਂ ਕੰਪਲੇਂਟ ਦਿੱਤੀ, ਕੰਪਲੇਂਟਾਂ ਘੱਟੋ ਘੱਟ ਉਹਨਾਂ ਨੇ 100 ਤੋਂ ਉੱਪਰ ਕੰਪਲੇਂਟਾਂ ਦਿੱਤੀਆਂ। ਪੁਲਿਸ ਨੇ ਕੋਈ ਸੀਰੀਅਸਨੈਸ ਨਹੀਂ ਦਿਖਾਈ ਉਹਦੇ 'ਚ। ਇਹ ਥਾਣਾ ਹੈਗਾ ਜੀ ਮੋਤੀ ਨਗਰ। ਉਸ ਤੋਂ ਬਾਅਦ ਅਸੀਂ ਥਾਣੇ ਕੰਪਲੇਂਟ ਦਿੱਤੀ, ਥਾਣੇ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ। ਈਵਨ ਕਿ ਅਸੀਂ CGM ਸਾਹਿਬ ਦੇ ਦਰਖਾਸਤ ਦਿੱਤੀ ਵੀ ਸਾਡੇ ਬਿਆਨ ਥਾਣੇ 'ਚ ਨੋਟ ਕਰਾਏ ਜਾਣ, ਕਿਉਂਕਿ ਪੁਲਿਸ ਵਾਰ ਵਾਰ ਬੁਲਾਉਂਦੀ ਸੀ, ਨਾ ਬਿਆਨ ਲੈਂਦੀ ਸੀ, ਨਾ ਕੁਛ ਕਰਦੀ ਸੀ। 5-5 ਘੰਟੇ ਉਲਟਾ ਇਹਨਾਂ ਨੂੰ ਹੀ ਬਣਾ ਕੇ ਬਿਠਾ ਕੇ ਰੱਖਦੀ ਸੀ, ਜਿਹੜੇ ਕਿ ਇਹੀ ਪੀੜਿਤ ਹੋ ਗਏ। ਫਿਰ ਅਸੀਂ CGM ਸਾਹਿਬ ਦੇ ਦਰਖਾਸਤ ਦਿੱਤੀ, CGM ਸਾਹਿਬ ਨੇ ਕੋਰਟ ਦੇ ਵਿੱਚ ਹੀ ਬਿਆਨ ਲਵਾਏ, ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ। ਹਾਰ ਕੇ ਸਾਨੂੰ ਹਾਈਕੋਰਟ ਜਾਣਾ ਪਿਆ, ਮਿਹਨਤ ਕੀਤੀ ਪਰ ਅਸੀਂ ਛੱਡਿਆ ਨਹੀਂ। ਅਸੀਂ ਫਿਰ ਹਾਈਕੋਰਟ ਤੋਂ ਉਹਨਾਂ ਦੇ ਖਿਲਾਫ਼ ਪਰਚਾ ਦਰਜ ਕਰਾਇਆ, ਫਿਰ ਵੀ ਪੁਲਿਸ ਨੇ ਅਰੈਸਟ ਨਹੀਂ ਕੀਤਾ, ਉਹਨਾਂ ਨੂੰ ਜ਼ਮਾਨਤ ਲਾਉਣ ਦਾ ਮੌਕਾ ਦਿੱਤਾ। ਜ਼ਮਾਨਤ ਹੁਣ ਵੀ ਮਾਨਯੋਗ ਅਦਾਲਤ ਦੇ ਵਿੱਚ ਉਹਨਾਂ ਦੀ ਵਿਚਾਰ ਅਧੀਨ ਆ, ਜਿੱਥੇ ਮੈਂ ਲੜ ਰਿਹਾ ਵਾਂ, ਅਤੇ ਉਹਦੀ ਤਰੀਕ 11/9 ਪੈਂਡਿੰਗ ਆ। ਪਿੱਛੇ ਜਿਹੇ ਹੀ ਇਹਨਾਂ ਦੇ ਘਰੇ ਇਸ ਪਰਚੇ ਤੋਂ ਬਾਅਦ ਇਹਨਾਂ ਦੇ ਉੱਪਰ ਹੋਰ ਜਾਣ ਦਾ ਇੰਨਾ ਕੁ ਖਤਰਾ ਹੋ ਗਿਆ ਵੀ ਅਣਪਛਾਤੇ ਬੰਦੇ ਇਹਨਾਂ ਦੇ ਘਰੇ ਆਏ ਅਤੇ ਕਹਿੰਦੇ ਵੀ ਅਸੀਂ ਪੁਲਿਸ ਵਾਲਿਆਂ ਤੁਹਾਨੂੰ ਹੈਬੋਵਾਲ ਲੈ ਕੇ ਜਾਣਾ। ਇਹਨਾਂ ਨੇ ਮੈਨੂੰ ਫੋਨ ਕੀਤਾ, ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਬਾਈ ਜੀ ਤੁਸੀਂ ਦੱਸੋ ਕਿਸ ਕੇਸ 'ਚ ਲੈਣ ਆਇਓ। ਕਹਿੰਦੇ ਜੀ ਕਿਸੇ ਕੇਸ 'ਚ ਨਹੀਂ ਲੈਣਾ, ਬਸ ਪੁੱਛ ਗਿੱਛ ਕਰਨ ਆਇਆ। ਮੈਂ ਕਿਹਾ ਇਸ ਤਰ੍ਹਾਂ ਤੁਹਾਡਾ ਕੋਈ ਅਧਿਕਾਰ ਨਹੀਂ ਲੈ ਕੇ ਜਾਣ ਦਾ, ਜਾਂ ਤੁਸੀਂ ਕੋਈ FIR ਦੱਸੋ, ਜਾਂ ਤੁਸੀਂ ਪੁੱਛ ਗਿੱਛ ਵੀ ਕਰਨੀ ਆ, ਕੋਈ ਪਰਵਾਨਾ ਨੋਟ ਕਰਾਓ। ਤਾਂ ਜਦੋਂ ਪਰਵਾਨੇ ਦੀ ਗੱਲ ਕੀਤੀ ਲੀਗਲ ਵੇ ਦੇ ਵਿੱਚ, ਤਾਂ ਉਹ ਕਹਿੰਦੇ ਜੀ ਠੀਕ ਆ ਜੀ ਮੈਂ ਪਰਵਾਨਾ ਨੋਟ ਕਰਾ ਕੇ ਲੈ ਜਾਂਦਾ। ਅਤੇ ਮੈਂ ਇਹਨਾਂ ਨੂੰ ਕਿਹਾ ਜੀ ਠੀਕ ਆ ਤੁਹਾਨੂੰ ਪਰਵਾਨਾ ਦੇਣਗੇ, ਤੁਸੀਂ ਜਾਓ, ਕੋਈ ਗੱਲ ਨਹੀਂ, ਪੁਲਿਸ ਦੀ ਜੋ ਵੀ ਇਨਕੁਆਇਰੀ ਆ ਤੁਸੀਂ ਇਨਵੋਲਵ ਹੋਵੋ। ਜਦੋਂ ਇਹ ਅੰਦਰ ਪਗੜੀ ਬੰਨਣ ਗਏ ਤਾਂ ਪਿੱਛੋਂ ਉਹ ਫਰਾਰ ਹੋ ਗਏ, ਜਿਹਦੀ ਕਿ ਸਾਡੇ ਕੋਲ ਰਿਕਾਰਡਿੰਗ ਵੀ ਆ। ਅਤੇ ਸਰ ਮਹਾਨਗਰ ਲੁਧਿਆਣਾ ਦੇ ਵਿੱਚ ਦਿਨੋਂ ਦਿਨ ਜਿਹੜਾ ਕ੍ਰਾਈਮ ਜਾਂ ਮੰਨ ਲਓ ਜਾਂਦੀ ਪੁਲਿਸ ਵਾਲੇ ਜਾਂ ਹੋਰ ਕ੍ਰਾਈਮ ਵੱਧਦਾ ਜਾ ਰਿਹਾ, ਕੀ ਤੁਸੀਂ ਮੰਗ ਕੀ ਕਰਨਾ ਚਾਹੁੰਦੇ? ਮੈਂ ਤਾਂ ਇਹੀ ਮੰਗ ਕਰਨਾ ਚਾਹੁੰਦਾ, ਪੁਲਿਸ 'ਚ ਆਵੇ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ, ਅਤੇ ਪੁਲਿਸ ਜੇ ਪੁਲਿਸ ਦੇ ਉੱਪਰ ਲੋਡ ਵੀ ਬਹੁਤ ਜ਼ਿਆਦਾ ਵਾ, ਪੁਲਿਸ ਕਿੱਥੇ ਕਿੱਥੇ ਜਾਵੇ? ਪਰ ਪੁਲਿਸ ਨੂੰ ਜਿੱਥੇ ਲੱਗਦਾ ਵੀ ਕ੍ਰਾਈਮ ਹੋਇਆ ਵਾ ਉੱਥੇ ਜ਼ਰੂਰ ਕਾਰਵਾਈ ਕਰਨੀ ਚਾਹੀਦੀ ਆ। ਬੇਸ਼ੱਕ ਉਹ ਕਹਿ ਦਿੰਦੇ ਆ ਸਾਡੇ ਕੋਲ ਨਫਰੀ ਘੱਟ ਆ, ਨਫਰੀ ਘੱਟ ਨਾਲ ਇਹ ਨਹੀਂ ਬਣਨਾ ਚਾਹੀਦਾ ਵੀ ਸ਼ਹਿਰ 'ਚ ਕ੍ਰਾਈਮ ਹੁੰਦਾ ਰਹੇ। CCTV 'ਚ ਲੋਕਾਂ ਦੇ ਲੁੱਟ ਖੋਹ ਦੀਆਂ ਮੈਂ ਵੀਡੀਓ ਦੇਖੀਆਂ ਕਿ ਸਾਡੇ ਵਕੀਲ ਸਾਹਿਬ ਨੇ ਮੁਨੀਸ਼ ਰਾਣਾ ਜੀ ਉਹਨਾਂ ਦੀ CCTV ਦੇ ਵਿੱਚ ਰਿਕਾਰਡਿੰਗ ਆ, ਅੰਗੂਠੀਆਂ ਲਾ ਲਈਆਂ, ਉਹ ਦਰਸ਼ਨ ਕਰਕੇ ਆਏ ਸੀ ਸਵੇਰੇ ਤੜਕੇ, 2-3 ਕ੍ਰਿਮੀਨਲਸ ਨੇ ਉਹਨਾਂ ਨੂੰ ਫੜਿਆ, ਈਵਨ ਕਿ ਉਹ ਆਇਡੈਂਟੀਫਾਈ ਵੀ ਹੋ ਗਏ, ਫਿਰ ਵੀ ਉਹਨਾਂ ਦੇ ਪਰਚਾ ਨਹੀਂ ਦਰਜ ਕੀਤਾ ਜਾ ਰਿਹਾ। ਪੁਲਿਸ ਨੂੰ ਚਾਹੀਦਾ ਵੀ ਜੇ ਪੁਲਿਸ ਟਾਈਟ ਹੋਊਗੀ ਤਾਂ ਸ਼ਹਿਰ 'ਚ ਕ੍ਰਾਈਮ ਬਿਲਕੁਲ ਨਹੀਂ ਹੋਊਗਾ, ਸਾਡੀਆਂ ਮਾਵਾਂ ਭੈਣਾਂ ਅਤੇ ਇਨਸਾਨ ਇਕਦਮ ਸੁਖੀ ਰਹੂਗਾ। ਹੈਲੋ, ਹਾਂਜੀ ਹਾਂਜੀ ਭਾਜੀ, ਸੁਖਵਿੰਦਰ ਬੋਲ ਰਿਹਾ ਭਾਜੀ। ਹਾਂ ਹਾਂ ਬੋਲੋ। ਉਹ ਥਾਣੇ ਤੋਂ 2-3 ਬੰਦਿਆਂ ਨੇ ਕਹਿੰਦੇ ਨੇ ਇੰਸਪੈਕਟਰ ਸਾਹਿਬ ਤੁਹਾਨੂੰ ਬੁਲਾ ਰਹੇ ਨੇ ਤੇ ਚੱਲਣ ਵਾਸਤੇ। ਮੈਂ ਕਿਹਾ ਮੈਂ ਕੋਈ ਕਾਹਦੇ ਵਾਸਤੇ ਹੁਣ ਬਹੁਤ ਦੱਸਦੇ ਨੀ ਮੈਂ ਕੋਈ ਗੱਲ ਸਿਵਲ ਵਰਦੀ ਚ ਨੇ। ਤੁਸੀਂ ਕੀ ਕਿਹਾ? ਮੈਂ ਕਿਹਾ ਮੈਂ ਤੇ ਜਿਹੜੀ ਕੰਪਲੇਨਾਂ ਦਿੱਤੀਆਂ ਨੇ CCTV ਫੁਟੇਜ ਤੇ ਲੈ ਗਏ ਨੇ ਪਰਮਜੀਤ ਸਿੰਘ ਜੀ, ਤੇ ਬਾਕੀ ਕੇਸਾਂ ਦਾ ਮੈਂ ਕੋਰਟ ਵਿੱਚ ਕੇਸ ਦੇ ਨੇ ਉੱਥੇ ਦੇ ਆਇਆ ਨਾ। ਹਾਂ, ਤੇ ਉਹ ਕਹਿੰਦੇ ਨਹੀਂ ਤੁਹਾਨੂੰ ਚੱਲਣਾ ਪੈਣਾ। ਨਹੀਂ ਘਰੇ ਆਏ ਨੇ? ਹਾਂ ਘਰ ਆਏ ਨੇ। ਇੱਕ ਮਿੰਟ ਮੈਂ ਗੱਲ ਕਰਾ ਰਿਹਾ ਭਾਈ ਜੀ। ਹਾਂਜੀ ਇਹ ਗੱਲ ਕਰੀ। ਹਾਂਜੀ ਸਰ। ਸਰ ਐਡਵੋਕੇਟ ਅਮਿਤ ਰਾਏ ਬੋਲ ਰਿਹਾ। ਹਾਂਜੀ ਹਾਂਜੀ ਸਰ। ਕਿਸ ਮੁੱਦੇ ਲਈ ਮਤਲਬ ਲੈ ਕੇ ਜਾਣਾ ਇਹਨਾਂ ਨੂੰ? ਲੈ ਕੇ ਨਹੀਂ ਜਾਣਾ ਹੈਗਾ, ਅਸੀਂ ਇਹਨਾਂ ਨੂੰ ਲੈ ਕੇ ਜਾਣ ਲਈ ਤਾਂ ਫੋਨ ਹੀ ਨਹੀਂ ਕੀਤਾ ਆਪਾਂ ਇਹਨਾਂ ਕਿਹਾ ਨਹੀਂ ਹੈਗਾ। ਅਸੀਂ ਕਿਹਾ ਵੀ ਕੰਪਲੇਨ ਆਈ ਹੋਈ ਹੈ, ਕੋਈ ਕੰਪਲੇਨ ਆਈ ਹੈ ਇਹਨਾਂ ਦੀ, ਕੰਪਲੇਨ ਦੇ ਰਿਗਾਰਡਿੰਗ ਇੰਸਪੈਕਟਰ ਸਾਹਿਬ ਨੇ ਇਹਨਾਂ ਨੂੰ ਬੁਲਾਇਆ ਵਾ, ਉਹ ਕਹਿੰਦੇ ਵੀ ਜਾ ਕੇ ਇਹਨਾਂ ਨੂੰ ਨੋਟ ਕਰਾਇਓ। ਠੀਕ ਹੈ। ਅੱਛਾ, ਨੋਟਿਸ ਦਿੱਤਾ ਤੁਸੀਂ ਇਹਨਾਂ ਨੂੰ? ਕੋਈ ਨੋਟਿਸ ਨਹੀਂ ਦਿੱਤਾ ਹੈਗਾ ਸਰ। ਇਹਨਾਂ ਨੂੰ ਅਸੀਂ ਕਹਿਣ ਆਏ ਆ ਵੀ ਹਾਂ ਵੀ ਤੁਹਾਡੀ ਕੰਪਲੇਨ ਆਈ ਹੋਈ ਹੈ, ਇੰਸਪੈਕਟਰ ਸਾਹਿਬ ਨੇ ਬੁਲਾਇਆ। ਠੀਕ ਹੈ।
ਚਲੋ ਇਹਨਾਂ ਦੀ ਵੈਸੇ ਅੱਜ ਮੈਂ ਵੀ ਕੋਰਟ ਦੇ ਵਿੱਚ ਕੰਪਲੇਂਟ ਕੋਰਟ ਥਰੂ ਦਿੱਤੀ ਹੋਈ ਆ। ਠੀਕ 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 ਜੀ। ਤੇ ਆਨਲਾਈਨ ਨੰਬਰ ਵੀ ਲੱਗਿਆ ਹੋਇਆ ਇਹਨਾਂ ਦਾ ਜੀ। ਠੀਕ 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 ਜੀ। ਤੇ ਤੁਸੀਂ ਜਾਂ ਤਾਂ ਡੇਟ ਟਾਈਮ ਇਹਨਾਂ ਨੂੰ ਕੋਈ ਪਰਵਾਨਾ ਦੇ ਦਿੰਦੇ ਤਾਂ ਉਸ ਨੂੰ ਲੱਗਦਾ ਸੀ ਜੀ ਐਮ ਸਾਹਿਬ ਕਰਵਾ ਦਿੰਦਾ। ਠੀਕ ਠੀਕ ਜੀ, ਮੈਂ ਕੋਈ ਗੱਲ ਨਹੀਂ ਸਰ। ਠੀਕ ਹੈ ਜੀ, ਠੀਕ ਹੈ ਸਰ।